ਭਾਈ ਮੈਂ ਸੁਣਿਆ 27 ਨੂੰ ਆਊਟਪਾਸ ਖੁੱਲ ਰਿਹਾ 27 ਨੂੰ ਖੁੱਲ ਰਿਹਾ ਜਾਂ ਨਹੀਂ ਖੁੱਲ ਰਿਹਾ ਇਹ ਤੇ ਹਜੇ ਮੈਨੂੰ ਨਹੀਂ ਪਤਾ ਮਾਰਕੀਟ ਵਿੱਚ ਰੂਮਰਸ ਚੱਲ ਰਹੇ ਆ ਜਾਂ ਮਾਰਕੀਟ ਵਿੱਚ ਨਿਊਜ਼ ਚੱਲ ਰਹੀ ਹੈ ਕਿ ਹਾਂਜੀ ਓਪਨ ਹੋਣਗੇ 5 ਤਰੀਕ ਤੱਕ ਤੇ ਵੈਸੇ ਹੀ ਛੁੱਟੀਆਂ 5 ਫਰਵਰੀ ਤੱਕ ਉਥੇ ਪਤਾ ਹੀ ਆ ਸਾਰਿਆਂ ਨੂੰ ਚੀਨਾ ਰਾਇਆ ਦੋ ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜਦੋਂ ਸਪੈਸ਼ਲ ਪਾਸ ਖੁੱਲ ਜਾਣਗੇ ਇਸ ਵਾਰ ਚਲੇ ਜਾਓ ਉੱਥੇ ਜਾ ਕੇ ਲੋਕਾਂ ਨੂੰ ਅਵੇਅਰ ਕਰੋ ਕਿ ਭਾਈ ਇਦਾਂ ਜਾਣਾ ਜਾਂ ਨਹੀਂ ਜਾਣਾ ਚੰਗੀ ਗੱਲ ਆ ਜਾਂ ਮਾੜੀ ਗੱਲ ਆ ਜੋ ਵੀ ਆ ਮੇਰੀ ਜਾਂ ਕਿਸੇ ਹੋਰ ਦੀ ਜਿਹਦੀ ਵੀ ਤੁਹਾਨੂੰ ਚੰਗੀ ਲੱਗੇ ਉਹਦੀ ਵੀਡੀਓ ਦਿਖਾ ਕੇ ਕਮ ਸਕੱਮ ਕਹੋ ਕਿ ਭਾਈ ਆ ਸੀਨ ਆ ਆ ਹਾਲ ਆ ਉਥੋਂ ਦੇ ਇੱਕ ਗੱਲ ਦੂਸਰੀ ਗੱਲ ਜੇਕਰ 27 ਨੂੰ ਖੁੱਲਣੇ ਤੇ ਅੱਜ 10 ਦਿਨ ਰਹਿ ਗਏ ਆ ਜੇਕਰ ਤੁਸੀਂ ਪਾਸਪੋਰਟ ਜਮ੍ਹਾਂ ਵੀ ਕਰਵਾਤੇ ਕਿਸੇ ਵੀ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਤੇ ਫਿਰ ਵੀ 10-15 ਦਿਨ ਲੱਗ ਜਾਣੇ ਤਾਂ 10 ਦਿਨ ਵੇਟ ਕਰ ਲਓ ਕਾਲੀ ਕਿਉਂ ਕਰਦੇ ਆ ਹੋ ਸਕਦਾ ਖੁੱਲ ਜਾਣ ਵਾਹਿਗੁਰੂ ਮਿਹਰ ਕਰੇ ਖੋਲ ਜਾਣ ਤੇ ਆ ਜਿਹੜਾ ਮਾਈਕ ਲੱਗਿਆ ਹੋਇਆ ਹਨ ਇਹਦਾ ਲਿੰਕ ਮੈਂ نیچے ਦੇ ਦੂੰਗਾ ਇਹ ਤੁਸੀਂ ਆਰਡਰ ਕਰ ਲਿਓ ਟਾਈਪ ਸੀ ਜੀ ਵੀ ਆਉਂਦਾ ਆਈਫੋਨ 'ਚ ਵੀ ਆਉਂਦਾ ਓਕੇ ਤੇ ਮਨ ਲੋ ਕਿ ਮੈਨੂੰ ਕਈ ਮੁੰਡਿਆਂ ਨੇ ਕਮੈਂਟ ਕੀਤਾ ਕਹਿੰਦਾ ਯਾਰ ਬਾਈ ਤੇਰੀ ਆਵਾਜ਼ ਕਿੱਦਾਂ ਕਲੀਅਰ ਜੀ ਆ ਰਹੀ ਆ ਉਥਾਂ ਕਰਕੇ ਮਾਈਕ ਤੇ ਕਰਕੇ ਆ ਰਹੀ ਆ ਅੱਛਾ 100 ਮੁੰਡੇ ਦਾ ਜੇਕਰ ਮੈਨੂੰ ਮੈਸੇਜ ਆਉਂਦਾ ਤੇ ਮੈਨੂੰ 100 ਦੇ ਵਿੱਚੋਂ ਕਹਿ ਲਓ ਕਿ 90 80 90 ਮੁੰਡਿਆਂ ਦੇ ਮੈਸੇਜ ਆਉਂਦਾ ਬਈ ਤੇਰਾ ਦਫ਼ਤਰ ਕਿੱਥੇ ਆ ਐਕਚੁਅਲੀ ਪਹਿਲਾਂ ਆਪਣਾ ਰੈਸਟੋਰੈਂਟ ਸੀਗਾ ਕੱਪੜੇ ਦਾ ਕੰਮ ਸੀ ਉਹ ਸਾਰੇ ਕਰੋਨਾ ਦੇ ਕਰਕੇ ਬੰਦ ਹੋ ਗਏ ਨਾ ਕਲੋਜ਼ ਕਰਤਾ ਸੀਗਾ ਸਟਾਪੇ ਸੀਗਾ ਪਹਿਲਾਂ ਜਾਂ ਇਧਰ ਚਰਾਸ ਸੀਗਾ ਬੀ ਐਮ ਸੀ ਮਹਾਕੋਤਾ ਦੇ ਵਿੱਚ ਕਈਆਂ ਮੁੰਡਿਆਂ ਨੂੰ ਪਤਾ ਵੀ ਐ ਕਈਆਂ ਨੂੰ ਨਹੀਂ ਪਤਾ ਮੋਸਟਲੀ ਮੈਂ ਬਿਜ਼ਨਸ ਨੂੰ ਬੜਾ ਸ਼ੋਅ ਨਹੀਂ ਕਰਦਾ ਨਾ ਨਾਰਮਲੀ ਤੁਹਾਨੂੰ ਨਿਊਜ਼ ਦੇਈ ਦੇ ਤੇ ਬਸ ਗੱਲ ਖਤਮ ਤਿੰਨ ਮਿੰਟ ਦੀ ਵੀਡੀਓ ਦੇ ਨਾਲ ਗੱਲ ਖਤਮ ਕਰਦੀ ਦੀ ਆ ਤੇ ਆ ਇਧਰ ਹੁਣ ਆਪਣਾ ਚੱਲ ਰਹੀ ਹੈ ਰੈਨੋਵੇਸ਼ਨ ਵਾਹਿਗੁਰੂ ਮਿਹਰ ਕਰੋ ਪ੍ਰਭੂਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਅਗੇ ਕਿ ਆਫਿਸ ਉਮੀਦ ਹੈ ਕਿ ਆਪਾਂ 1 ਜਨਵਰੀ ਤੋਂ ਕਰਦੇ ਆਂ ਸ਼ੁਰੂ ਤੇ ਬਾਕੀ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੈ ਉਹੀ ਹੋਣਾ ਹੁੰਦਾ ਹੈ ਨਾ ਤੇ 1 ਫਰਵਰੀ ਤੋਂ ਸ਼ੁਰੂ ਕਰਾਂਗੇ ਕਿ ਦੇਖਦੇ ਆਂ ਕੀ ਬਣਦਾ ਕੀ ਰਿਸਪੌਂਸ ਆਉਂਦਾ ਤੇ ਕੀ ਰਿਜ਼ਲਟ ਆਉਂਦਾ ਜਿਹੜੇ ਮੇਰੇ ਵੀਰ ਭੈਣ ਭਰਾ ਕਹਿੰਦੇ ਆ ਕਿ ਬਈ ਸਾਨੂੰ ਆਫਿਸ ਦਾ ਐਡਰੈਸ ਦਿਓ ਫਿਰ ਮੈਂ ਦੇ ਦਿਆ ਕਰੂੰਗਾ ਲੋਕੇਸ਼ਨ ਆਜੋ ਮੈਲਿਓ ਲਾਲਿਓ ਚਾ ਤੁਸੀਂ ਵੀ ਆਪਣਾ ਆਪਣਾ ਤੇ ਆ ਜਿਹੜੇ ਆਊਟ ਪਾਸ ਵਾਲੀ ਗੱਲ ਹੈ THAILAND ਵੱਲ ਦੀ ਜਾਣ ਦੀ ਜਗ੍ਹਾ ਦੇ ਉੱਤੇ ਉੱਥੇ ਫਸਣ ਦੀ ਜਗ੍ਹਾ ਦੇ ਉੱਤੇ ਇਹਦੇ ਨਾਲ ਚੰਗਾ ਵੇਟ ਕਰ ਲੋ ਯਾਰ ਕਾਲੀ ਨਾ ਕਰੋ 10 ਦਿਨਾਂ ਦੀ ਗੱਲ ਹੈ 10 15 ਦਿਨਾਂ ਦੀ ਗੱਲ ਹੈ ਮੈਂ ਇਹ ਨਿਊਜ਼ ਨਹੀਂ ਦੇ ਰਿਹਾ ਕੋਈ نیچے ਆ ਕੇ ਗਿਆਨ ਨਾ ਝਾੜਿਓ ਕਿ ਹਜੇ ਕਿਹੜਾ ਓਪਨ ਹੋਏ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਓਪਨ ਹੋਏ ਆ ਨਹੀਂ ਮੈਂ ਨਹੀਂ ਗੱਲ ਕਹਿ ਰਿਹਾ ਮੈਂ ਉੱਪਰ ਵੀ ਲਿਖ ਦੂੰਗਾ ਫੇਕ ਨਿਊਜ਼ ਮਾਰਕੀਟ 'ਚ ਹੋਵੇ ਨਾ ਹੋਵੇ ਮੈਨੂੰ ਨਹੀਂ ਪਤਾ ਪਰ ਮੈਂ ਇਹ ਨਹੀਂ ਕਹਿ ਰਿਹਾ ਮੈਂ ਸਪਰੈਡ ਨਹੀਂ ਕਰ ਰਿਹਾ ਮੈਂ ਜਸਟ ਜੋ ਮਾਰਕੀਟ ਦਾ ਰੂਮਰਸ ਆ ਉਹ ਦੱਸ ਰਿਹਾ ਹੋ ਸਕਦਾ ਹੈ 99%